ਲੋਕਤੰਤਰ ਆ, ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ, ਸਾਬਕਾ ਅਧਿਕਾਰੀ ਕੋਈ ਪਲੇਅਰ ਉਹ ਲੜ ਸਕਦਾ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ, ਅਕਾਲੀ ਦਲ, ਕਾਂਗਰਸ, BJP, ਆਮ ਆਦਮੀ ਪਾਰਟੀ, ਅਤੇ ਇਸੇ ਤਰ੍ਹਾਂ ਹੀ ਕੋਈ ਵੀ ਜਾਤ ਬੰਦਾ ਖਲੋ ਸਕਦਾ। ਪਰ ਲੋਕਾਂ ਨੇ ਇਹ ਵੇਖਣਾ ਵੀ 2 ਸਾਲ ਪਹਿਲਾਂ ਕਿੰਨੇ ਕੰਮ ਕੀਤੇ ਅਤੇ ਅਗਾਂਹ 3 ਸਾਲ ਜੇ ਜਿਹਦੀ ਸਰਕਾਰ ਪਈ ਆ ਕੰਮ ਉਹਨੇ ਕਰਨੇ। ਲੋਕ ਬੜੇ ਸਿਆਣੇ ਆ, ਲੋਕਾਂ ਨੂੰ ਪਤਾ ਜੇ ਕੋਈ ਸੜਕਾਂ ਬਣਨੀਆਂ, ਪਿੰਡਾਂ ਨੂੰ ਜਾਂਦੇ, ਖੇਤਾਂ ਨੂੰ ਜਾਂਦੇ ਰਸਤੇ ਬਣਨੇ ਆ, ਜਾਂ ਕੋਈ ਮੰਡੀਆਂ ਬਣਨੀਆਂ, ਮੰਡੀਆਂ ਦੇ ਸ਼ੈੱਡ ਬਣਨੇ ਆ, ਕੋਈ ਵੀ ਸਰਕਾਰੀ ਬਿਲਡਿੰਗ, ਹੋਸਪਿਟਲ, ਸਕੂਲ ਬਣਨਾ ਆ, ਸਕੂਲਾਂ 'ਚ ਟੀਚਰਾਂ ਦੀ ਭਰਤੀ ਹੋਣੀ ਆ, ਡਾਕਟਰਾਂ ਦੀ ਹੋਸਪਿਟਲਾਂ 'ਚ ਭਰਤੀ ਹੋਣੀ ਆ, ਉਹ ਕੰਮ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਉਹ ਹੀ ਕਰ ਸਕਦੀ। ਲੋਕ ਬੜੇ ਸਿਆਣੇ ਆ, ਲੋਕ ਕੰਮਾਂ ਨੂੰ ਪਹਿਲ ਦੇਣਗੇ, ਲੋਕ ਇੱਥੇ ਲਾਈ ਲੱਗ ਨਹੀਂਗੇ। ਇਹ 88-99 ਵਾਲਾ ਦੌਰ ਜਿਹੜਾ ਉਹ ਗਿਆ, ਬਾਕੀ ਜੇ 88-99 'ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਜਿਤਾਇਆ ਤਾਂ ਉਹਨਾਂ ਕੀ ਕਰਤਾ? ਉਹਨਾਂ ਸਿਰਫ ਜਿੱਤ ਕੇ ਅਤੇ ਉੱਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਅਤੇ ਆਪਣਾ ਕੋਲਡ ਡਰਿੰਕ ਹੀ ਪੀਤੇ ਆ, ਕੋਈ ਮਸਲਾ ਹੱਲ ਥੋੜ੍ਹਾ ਕਰਾਇਆ। ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ 'ਚ ਭਾਵੇਂ ਅਸੀਂ ਬਠਿੰਡੇ ਬੈਠੇ ਹੋਣਾ ਅਤੇ ਪਰਚਾ ਸੁਲਤਾਨਪੁਰ ਲੋਧੀ ਹੋ ਜਾਣਾ, ਬੈਠੇ ਚੰਡੀਗੜ੍ਹ ਹੋਣਾ ਅਤੇ ਪਰਚਾ ਕਪੂਰਥਲੇ ਹੋ ਜਾਣਾ। ਲੋਕਾਂ ਨੂੰ ਪਰਚਿਆਂ ਤੋਂ ਨਿਜਾਤ ਮਿਲੀ ਆ, ਲੋਕਾਂ ਨੂੰ ਆਪਦੀ ਸਰਕਾਰ ਆਪਣਾ ਅਪਣੱਤ ਮਿਲੀ ਆ। ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਜਿੰਨੇ ਵੀ ਮੰਤਰੀ ਆ, ਸਾਡੇ ਜਿੰਨੇ ਵੀ MLA ਆ, ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਅਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਅਤੇ ਇਹ ਕਹੇ ਨਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਨਹੀਂ ਤਾਂ ਪਹਿਲੇ ਤਾਂ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਦਿੰਦੇ, ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਅਤੇ ਗੱਲ ਹੱਲ ਵੀ ਹੁੰਦੀ। ਇੱਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੱਫੀਆਂ ਪਾ ਕੇ ਆਪਦਾ ਬਾਈ ਕਹਿੰਦੇ ਆ, ਨਹੀਂ ਤਾਂ ਮੁੱਖ ਮੰਤਰੀ ਦਾ ਅਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਸੀ, ਬੜੀ ਦੂਰ ਰੱਖਿਆ ਜਾਂਦਾ ਸੀ ਲੋਕਾਂ ਨੂੰ। ਇੱਕ ਵੱਡੀ ਸਿਕਿਉਰਿਟੀ ਜਿੱਥੇ ਕਿ ਪੁਲਿਸ ਵਾਲੇ ਲੋਕਾਂ ਨੂੰ ਧੱਕੇ ਮਾਰਦੇ ਹੀ ਦੇ ਦਿੰਦੇ, ਹੁਣ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਜੱਫੀਆਂ ਪਾਉਂਦੇ, ਲੋਕ ਆਪਦਾ ਬਾਈ ਕਹਿੰਦੇ ਆ। ਸਰਕਾਰ ਦੇ ਵਿੱਚ ਬੜਾ ਫਰਕ ਆਇਆ, ਲੋਕ ਵਾਰ ਵਾਰ ਸਰਕਾਰ ਨੂੰ ਵੋਟਾਂ ਪਾਉਣਗੇ, ਮਾਨ ਸਰਕਾਰ ਨੂੰ ਵਾਰ ਵਾਰ ਰਿਪੀਟ ਕਰਨੇ। ਲੋਕ ਪਹਿਲਾਂ 22 ਜਿਤਾਈ ਲੋਕਾਂ ਨੇ, ਹੁਣ 24 ਜਿਤਾਉਣਗੇ, ਮੁੜ ਕੇ 27 ਵੀ ਜਿਤਾਉਣਗੇ, ਫਿਰ 32 ਵੀ ਜਿਤਾਉਣਗੇ। ਦੇਖੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਨਰਿੰਦਰ ਮੋਦੀ ਅਤੇ BJP ਸਰਕਾਰ ਨੇ ਧੱਕਾ ਕਰਕੇ ਨਜਾਇਜ਼ ਤੌਰ 'ਤੇ ਹਿਰਾਸਤ ਦੇ ਵਿੱਚ ਲਿਆ, ਜੇਲ੍ਹ 'ਚ ਬੰਦ ਕੀਤਾ, ਇਹ ਨਜਾਇਜ਼ ਕੀਤਾ, ਕੋਈ RTGS ਨਹੀਂ ਹੋਈ, ਕੋਈ ਪੈਸਾ ਨਹੀਂ ਲੱਭਾ, ਕੋਈ ਲੋਕਰ 'ਚੋਂ ਕੁਝ ਨਹੀਂ ਲੱਭਾ, ਕੋਈ ਪ੍ਰੂਫ ਨਹੀਂ ਲੱਭਾ। ਇੱਕ ਉਹ ਬੰਦੇ ਦੀ ਗਵਾਹੀ ਲੈ ਲਈ ਆ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ BJP ਦੀ ਜਿਹੜੀ ਪਾਰਟੀ ਦਾ ਅਕਾਊਂਟ ਆ ਉਹਦੇ 'ਚ 55 ਕਰੋੜ ਰੁਪਈਏ ਫੰਡਿੰਗ ਕਰ ਰਿਹਾ, ਉਸੇ ਬੰਦੇ ਨੂੰ ਮੁੜ ਕੇ ਗਵਾਹ ਬਣਾ ਲਿਆ। ਇਹ ਤਾਂ BJP ਦੀ ਸੋਚੀ ਸਮਝੀ ਸਾਜਿਸ਼ ਆ, ਬਣੀ ਬਣਾਈ ਕਹਾਣੀ ਆ, ਲੋਕ ਵੀ ਸਾਰਾ ਕੁਝ ਸਮਝਦੇ ਆ। ਕੇਜਰੀਵਾਲ ਸਾਹਿਬ ਵੀ ਜਲਦ ਬਾਹਰ ਹੋਣਗੇ, ਪਰ ਜਿਹੜਾ ਧੱਕਾ ਕੇਜਰੀਵਾਲ ਸਾਹਿਬ ਨਾਲ ਨਰਿੰਦਰ ਮੋਦੀ, ਅਮਿਤ ਸ਼ਾਹ, BJP ਸਰਕਾਰ ਨੇ ਕੀਤਾ, ਉਹਦਾ ਜਵਾਬ ਲੋਕ ਦੇ ਰਹੇ ਆ, ਕਿਉਂਕਿ ਵੱਖ ਵੱਖ ਸਟੇਟਾਂ ਦੇ ਵਿੱਚ ਅੱਡ ਅੱਡ ਦੌਰਾਂ ਦੇ ਵਿੱਚ ਵੋਟਾਂ ਹੋ ਰਹੀਆਂ ਅਤੇ ਲੋਕ ਇੰਡੀਆ ਅਲਾਇੰਸ ਦੇ ਉਮੀਦਵਾਰਾਂ, BJP ਦੇ ਉਮੀਦਵਾਰਾਂ ਨੂੰ ਹਰਾ ਰਹੇ, ਇੰਡੀਆ ਅਲਾਇੰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਆ। ਵੱਡਾ ਫਤਵਾ ਮਿਲੇਗਾ, 543 ਚੋਂ 450 ਤੋਂ ਵੱਧ ਸੀਟਾਂ ਲੋਕ ਜਿਤਾ ਕੇ ਇੰਡੀਆ ਅਲਾਇੰਸ ਦੀ ਸਰਕਾਰ ਬਣਾਉਣਗੇ। ਸਾਡੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਦਾ 8,000 ਕਰੋੜ, ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ, ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ। ਸਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਭਰਤੀ ਆ 60-40 ਦੇ ਅਨੁਪਾਤ ਨਾਲ ਹੁੰਦੀ, 40% ਬੱਚੇ ਸਾਡੇ ਪੰਜਾਬ ਦੇ, ਹਰਿਆਣੇ ਅਤੇ ਚੰਡੀਗੜ੍ਹ ਦੇ 60% ਕੀਤੇ ਜਾਂਦੇ, ਉਹ 40% ਸਾਡੀ ਪੰਜਾਬ ਦੀ ਭਰਤੀ, ਉਹ ਵੀ BJP ਖਾਦੀ। ਜਿਹੜੇ ਸਾਡੇ ਹੱਕ ਬੰਦ ਕੀਤੇ ਆ ਇੰਡੀਆ ਲਾਂਚ ਦੀ ਸਰਕਾਰ ਆਉਣ 'ਤੇ, ਉਹ ਸਾਰੇ ਹੱਕ ਵਾਪਸ ਪੰਜਾਬ ਵਿੱਚ ਦਵਾਵਾਂਗੇ। ਦੇਖੋ ਜਿਹੜੇ ਆਜ਼ਾਦ ਵਿਧਾਇਕ ਨੇ ਉਹ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ, ਵੇਖੋ ਉਹ ਪਹਿਲਾਂ ਹੀ ਕਾਂਗਰਸੀ, ਉਹ ਤਾਂ ਸਿਰਫ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦਿੱਤੀ, ਉਹਨਾਂ ਆਜ਼ਾਦ ਤੌਰ 'ਤੇ ਚੋਣ ਲੜੀ ਆ।
ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ, ਉਹ ਵੀ ਕਾਂਗਰਸੀ, ਪਰਿਵਾਰ ਹੀ ਕਾਂਗਰਸੀ, ਉਹਨਾਂ ਦੇ ਕਾਂਗਰਸ ਨੂੰ ਮੈਚ ਦੇ। ਤੇ ਇਹਤੇ ਵੇਖੋ ਸੁਲਤਾਨਪੁਰ ਲੋਧੀ ਦੇ ਲੋਕ ਫੈਸਲਾ ਕਰਨ, ਸੱਚ ਦੀ ਤੇ ਝੂਠ ਦੀ ਲੜਾਈ ਆ, ਲੋਕ ਸੱਚ ਨੂੰ ਜਿਤਾਉਣਗੇ ਝੂਠ ਨੂੰ ਹਰਾਉਣਗੇ। ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ, ਲੋਕ ਇਹ ਮੰਨਦੇ ਆ ਵੀ ਵਾਕਈ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ, ਸੱਚ ਦੇ ਰਾਹ ਦੇ ਚੱਲਦੇ ਆ। ਵਿਰੋਧੀ ਤੇ ਰਵਾਇਤੀ ਪਾਰਟੀਆਂ ਜੋ ਕਹਿੰਦੀਆਂ ਉਹਦੇ ਚੋਂ ਇੱਕ ਵਾਅਦਾ ਵੀ ਪੂਰਾ ਨਹੀਂ ਕਰਦੀਆਂ। ਚੋਣ ਮੈਨੀਫੈਸਟੋ ਚੋਣਾਂ ਦੇ ਵੇਲੇ ਪੂਰਾ ਪ੍ਰਚੱਟੂ ਬਣਾ ਕੇ ਪੇਸ਼ ਕੀਤਾ ਜਾਂਦਾ, ਤੇ ਜਦੋਂ ਜਿੱਤ ਜਾਂਦੇ ਆ ਮੁੜ ਕੇ ਕਹਿੰਦੇ ਤੇ ਸਾਡਾ ਸਿਆਸੀ ਸਟੰਟ ਹੈ। ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ। ਬੀਬੀਆਂ ਦਾ ਜਿਹੜਾ 1000 ਆ ਉਹ ਵੀ ਐਮ ਪੀ ਇਲੈਕਸ਼ਨ ਤੋਂ ਕੁਝ ਸਮੇਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਜਲਦੀ ਦੇਵਾਂਗੇ। ਜੋ ਕਿਹਾ ਉਹ ਕੀਤਾ, 27 ਵਾਲੀ ਵੋਟ ਫਿਰ ਮੰਗਣਾ ਵਾਂਗੇ ਜੇ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ, ਬੀਬੀਆਂ ਦਾ 1000 ਦੇ ਕੇ ਸਾਰੇ ਕੰਮ ਕਰਕੇ। ਸਵਾਲ ਹੈ ਜੀ, ਅੰਮ੍ਰਿਤਪਾਲ ਦੇ ਰਿਵਾਰੀ ਤੋਂ ਲੈ ਕੇ ਪੱਥਰ ਸੋਚ ਵਾਲੇ ਨੌਜਵਾਨ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਨੇ। ਦੇਖੋ ਲੋਕਤੰਤਰ ਆ, ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ, ਸਾਬਕਾ ਅਧਿਕਾਰੀ ਕੋਈ ਪਲੇਅਰ ਉਹ ਲੜ ਸਕਦਾ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ, ਅਕਾਲੀ ਦਲ, ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਤੇ ਇਸੇ ਤਰ੍ਹਾਂ ਹੀ ਕੋਈ ਵੀ ਯਾਦ ਬੰਦਾ ਖਲੋ ਸਕਦਾ। ਪਰ ਲੋਕਾਂ ਨੇ ਇਹ ਵੇਖਣਾ ਵੀ 2 ਸਾਲ ਪਹਿਲਾਂ ਕਿੰਨੇ ਕੰਮ ਕੀਤੇ ਤੇ ਗਾਂਹ 3 ਸਾਲ ਜੇ ਜਿਹਦੀ ਸਰਕਾਰ ਪਈ ਆ ਕੰਮ ਉਹਨੇ ਕਰਦੇ। ਲੋਕ ਬੜੇ ਸਿਆਣੇ ਆ, ਲੋਕਾਂ ਨੂੰ ਪਤਾ ਜੇ ਕੋਈ ਸੜਕਾਂ ਬਣਨੀਆਂ, ਪਿੰਡਾਂ ਨੂੰ ਜਾਂਦੇ ਖੇਤਾਂ ਨੂੰ ਜਾਂਦੇ ਰਸਤੇ ਬਣਨੇ ਆ, ਜਾਂ ਕੋਈ ਮੰਡੀਆਂ ਬਣਨੀਆਂ, ਮੰਡੀਆਂ ਦੇ ਸ਼ੈੱਡ ਬਣਨੇ ਆ, ਕੋਈ ਵੀ ਸਰਕਾਰੀ ਬਿਲਡਿੰਗ, ਹੋਸਪਿਟਲ, ਸਕੂਲ ਬਣਨਾ ਆ, ਸਕੂਲਾਂ 'ਚ ਟੀਚਰਾਂ ਦੀ ਭਰਤੀ ਹੋਣੀ ਆ, ਡਾਕਟਰਾਂ ਦੀ ਹੋਸਪਿਟਲਾਂ 'ਚ ਭਰਤੀ ਹੋਣੀ ਆ, ਉਹ ਕੰਮ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਉਹੀ ਕਰ ਸਕਦੀ। ਲੋਕ ਬੜੇ ਸਿਆਣੇ ਆ, ਲੋਕ ਕੰਮਾਂ ਨੂੰ ਪਹਿਲ ਦੇਣਗੇ, ਲੋਕ ਏਡੇ ਲਾਈ ਲੱਗਣਗੇ। ਇਹ 88-99 ਵਾਲਾ ਦੌਰ ਜਿਹੜਾ ਉਹ ਗਿਆ, ਬਾਕੀ ਜੇ 88-99 'ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਜਿਤਾਇਆ ਤੇ ਉਹਨਾਂ ਕੀ ਕਰਤਾ, ਉਹਨਾਂ ਸਿਰਫ ਜਿੱਤ ਕੇ ਤੇ ਉੱਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਤੇ ਆਪਣਾ ਕੋਲਡ ਡਰਿੰਕ ਹੀ ਪੀਤੇ ਆ, ਕੋਈ ਮਸਲਾ ਹੱਲ ਥੋੜਾ ਕਰਾਇਆ। ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ 'ਚ ਭਾਵੇਂ ਅਸੀਂ ਬਠਿੰਡੇ ਬੈਠੇ, ਉਹਨਾਂ ਦਾ ਪਰਚਾ ਸੁਲਤਾਨਪੁਰ ਲੋਧੀ ਹੋ ਜਾਣਾ, ਬੈਠੇ ਚੰਡੀਗੜ੍ਹ ਹੋਣਾ ਤੇ ਪਰਚਾ ਕਪੂਰਥਲੇ ਹੋ ਜਾਣਾ। ਲੋਕਾਂ ਨੂੰ ਪਰਚਿਆਂ ਤੋਂ ਨਿਜਾਤ ਮਿਲੀ ਆ, ਲੋਕਾਂ ਨੂੰ ਆਪਦੀ ਸਰਕਾਰ ਆਪਣਾ ਅਪਣੱਤ ਮਿਲੀ ਆ। ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਿੰਨੇ ਵੀ ਮੰਤਰੀ ਆ, ਸਾਡੇ ਜਿੰਨੇ ਵੀ MLA ਆ, ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਤੇ ਇਹ ਕਵੇ ਨਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਨਹੀਂ ਤੇ ਪਹਿਲੇ ਤੇ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਦਿੰਦੇ, ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਤੇ ਗੱਲ ਹੱਲ ਵੀ ਹੁੰਦੀ। ਇੱਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੱਫੀਆਂ ਪਾ ਕੇ ਆਪਦਾ ਬਾਈ ਕਹਿੰਦੇ ਆ, ਨਹੀਂ ਤੇ ਮੁੱਖ ਮੰਤਰੀ ਦਾ ਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਹੈ, ਬੜੀ ਦੂਰ ਰੱਖਿਆ ਜਾਂਦਾ ਸੀ ਲੋਕਾਂ ਨੂੰ। ਇੱਕ ਵੱਡੀ ਸਿਕਿਉਰਿਟੀ ਜਿੱਥੇ ਕਿ ਪੁਲਿਸ ਵਾਲੇ ਲੋਕਾਂ ਨੂੰ ਧੱਕੇ ਮਾਰਦੇ ਹੀ ਦੇ ਦਿੰਦੇ, ਹੁਣ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਜੱਫੀਆਂ ਪਾਉਂਦੇ, ਲੋਕ ਆਪਦਾ ਬਾਈ ਕਹਿੰਦੇ ਆ। ਸਰਕਾਰ ਦੇ ਵਿੱਚ ਬੜਾ ਫਰਕ ਆਇਆ, ਲੋਕ ਵਾਰ ਵਾਰ ਸਰਕਾਰ ਨੂੰ ਵੋਟਾਂ ਪਾਉਣਗੇ, ਮਾਨ ਸਰਕਾਰ ਨੂੰ ਵਾਰ ਵਾਰ ਰਿਪੀਟ ਕਰਨਗੇ। ਲੋਕ ਪਹਿਲਾਂ 22 ਜਿਤਾਈ ਲੋਕਾਂ ਨੇ, ਹੁਣ 24 ਜਿਤਾਉਣਗੇ, ਮੁੜ ਕੇ 27 ਵੀ ਜਿਤਾਉਣਗੇ, ਫਿਰ 32 ਵੀ ਜਿਤਾਉਣਗੇ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਸਕਾਰਾਤਮਕ ਰੁਖ ਦਿਖ ਰਿਹਾ ਹੈ, ਤੁਹਾਡੀ ਕੀ ਰਾਏ? ਦੇਖੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਨੇ ਧੱਕਾ ਕਰਕੇ ਨਜਾਇਜ਼ ਤੌਰ ਤੇ ਹਿਰਾਸਤ ਦੇ ਵਿੱਚ ਲਿਆ, ਜੇਲ੍ਹ 'ਚ ਬੰਦ ਕੀਤਾ, ਇਹ ਨਜਾਇਜ਼ ਕੀਤਾ, ਕੋਈ RTGS ਨਹੀਂ ਹੋਈ, ਕੋਈ ਪੈਸਾ ਨਹੀਂ ਲੱਭਾ, ਕੋਈ ਲੋਕਰ 'ਚੋਂ ਕੁਝ ਨਹੀਂ ਲੱਭਾ, ਕੋਈ ਪ੍ਰੂਫ ਨਹੀਂ ਲੱਭਾ। ਇੱਕ ਉਹ ਬੰਦੇ ਦੀ ਗਵਾਹੀ ਲੈ ਲਈ ਆ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ ਬੀਜੇਪੀ ਦੀ ਜਿਹੜੀ ਪਾਰਟੀ ਦਾ ਅਕਾਊਂਟ ਆ ਉਹਦੇ 'ਚ 55 ਕਰੋੜ ਰੁਪਈਏ ਫੰਡਿੰਗ ਕਰ ਰਿਹਾ, ਉਸੇ ਬੰਦੇ ਨੂੰ ਮੁੜ ਕੇ ਗਵਾਹ ਬਣਾ ਲਿਆ। ਇਹ ਤੇ ਬੀਜੇਪੀ ਦੀ ਸੋਚੀ ਸਮਝੀ ਸਾਜਿਸ਼ ਆ, ਬਣੀ ਬਣਾਈ ਕਹਾਣੀ ਆ, ਲੋਕ ਵੀ ਸਾਰਾ ਕੁਝ ਸਮਝਦੇ ਆ। ਕੇਜਰੀਵਾਲ ਸਾਹਿਬ ਵੀ ਜਲਦ ਬਾਹਰ ਹੋਣਗੇ, ਪਰ ਜਿਹੜਾ ਧੱਕਾ ਕੇਜਰੀਵਾਲ ਸਾਹਿਬ ਨਾਲ ਨਰਿੰਦਰ ਮੋਦੀ, ਅਮਿਤ ਸ਼ਾਹ, ਬੀਜੇਪੀ ਸਰਕਾਰ ਨੇ ਕੀਤਾ,
ਉਹਦਾ ਜਵਾਬ ਲੋਕ ਦੇ ਰਹੇ ਆ, ਕਿਉਂਕਿ ਵੱਖ ਵੱਖ ਸਟੇਟਾਂ ਦੇ ਵਿੱਚ ਅੱਡ ਅੱਡ ਦੌਰਾਂ ਦੇ ਵਿੱਚ ਵੋਟਾਂ ਹੋ ਰਹੀਆਂ ਤੇ ਲੋਕ ਇੰਡੀਆ ਅਲਾਇੰਸ ਦੇ ਉਮੀਦਵਾਰਾਂ ਬੀਜੇਪੀ ਦੇ ਉਮੀਦਵਾਰਾਂ ਨੂੰ ਹਰਾ ਰਹੇ, ਇੰਡੀਆ ਅਲਾਇੰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਆ। ਵੱਡਾ ਫਤਵਾ ਮਿਲੇਗਾ, 543 ਚੋਂ 450 ਤੋਂ ਵੱਧ ਸੀਟਾਂ ਲੋਕ ਜਿਤਾ ਕੇ ਇੰਡੀਆ ਅਲਾਇੰਸ ਦੀ ਸਰਕਾਰ ਬਣਾਉਣਗੇ। ਸਾਡੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਦਾ 8,000 ਕਰੋੜ, ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ, ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ। ਸਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਭਰਤੀ ਆ 60-40 ਦੇ ਅਨੁਪਾਤ ਨਾਲ ਹੁੰਦੀ, 40% ਬੱਚੇ ਸਾਡੇ ਪੰਜਾਬ ਦੇ, ਹਰਿਆਣੇ ਤੇ ਚੰਡੀਗੜ੍ਹ ਦੇ 60% ਕੀਤੇ ਜਾਂਦੇ। ਉਹ 40% ਸਾਡੀ ਪੰਜਾਬ ਦੀ ਭਰਤੀ, ਉਹ ਵੀ ਬੀਜੇਪੀ ਖਾ ਗਈ। ਜਿਹੜੇ ਸਾਡੇ ਹੱਕ ਬੰਦ ਕੀਤੇ ਆ ਇੰਡੀਆ ਅਲਾਇੰਸ ਦੀ ਸਰਕਾਰ ਆਉਣ ਤੇ, ਉਹ ਸਾਰੇ ਹੱਕ ਵਾਪਸ ਪੰਜਾਬ ਵਿੱਚ ਆਵਾਂਗੇ। ਦੇਖੋ ਜਿਹੜੇ ਆਜ਼ਾਦ ਵਿਧਾਇਕ ਨੇ ਉਹ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ। ਵੇਖੋ ਉਹ ਪਹਿਲਾਂ ਹੀ ਕਾਂਗਰਸੀ, ਉਹ ਤੇ ਸਿਰਫ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦਿੱਤੀ, ਉਹਨਾਂ ਆਜ਼ਾਦ ਤੌਰ ਤੇ ਚੋਣ ਲੜੀ ਆ। ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ, ਉਹ ਵੀ ਕਾਂਗਰਸੀ, ਪਰਿਵਾਰ ਹੀ ਕਾਂਗਰਸੀ, ਉਹਨਾਂ ਦੇ ਕਾਂਗਰਸ ਨੂੰ ਮਹੱਤਵ ਦਿੱਤੀ। ਤੇ ਇਹ ਤੇ ਵੇਖੋ ਸੁਲਤਾਨਪੁਰ ਲੋਧੀ ਦੇ ਲੋਕ ਫੈਸਲਾ ਕਰਨ, ਸੱਚ ਦੀ ਤੇ ਝੂਠ ਦੀ ਲੜਾਈ ਆ। ਲੋਕ ਸੱਚ ਨੂੰ ਜਿਤਾਉਣਗੇ, ਝੂਠ ਨੂੰ ਹਰਾਉਣਗੇ। ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ। ਲੋਕ ਇਹ ਮੰਨਦੇ ਆ ਵੀ ਵਾਕਈ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ, ਸੱਚ ਦੇ ਰਾਹ ਦੇ ਚੱਲਦੇ ਆ। ਵਿਰੋਧੀ ਤੇ ਰਵਾਇਤੀ ਪਾਰਟੀਆਂ ਜੋ ਕਹਿੰਦੀਆਂ ਉਹਦੇ ਚੋਂ ਇੱਕ ਵਾਅਦਾ ਵੀ ਪੂਰਾ ਨਹੀਂ ਕਰਦੀਆਂ। ਚੋਣ ਮੈਨੀਫੈਸਟੋ ਚੋਣਾਂ ਦੇ ਵੇਲੇ ਪੂਰਾ ਪ੍ਰਚੱਟੂ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਜਦੋਂ ਜਿੱਤ ਜਾਂਦੇ ਆ ਮੁੜ ਕੇ ਕਹਿੰਦੇ ਤੇ ਸਾਡਾ ਸਿਆਸੀ ਸਟੰਟ ਹੈ। ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ। ਬੀਬੀਆਂ ਦਾ ਜਿਹੜਾ 1,000 ਆ ਉਹ ਵੀ MP ਇਲੈਕਸ਼ਨ ਤੋਂ ਕੁਝ ਸਮੇਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਜਲਦੀ ਦੇਵਾਂਗੇ। ਜੋ ਕਿਹਾ ਉਹ ਕੀਤਾ। 27 ਵਾਲੀ ਵੋਟ ਫੇਰ ਮੰਗਣ ਆਵਾਂਗੇ ਜੇ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ, ਬੀਬੀਆਂ ਦਾ 1,000 ਦੇ ਕੇ ਸਾਰੇ ਕੰਮ ਕਰਕੇ। ਸਵਾਲ ਹੈ ਜੀ, ਅੰਮ੍ਰਿਤਪਾਲ ਦੇ ਰਿਵਾਰੀ ਤੋਂ ਲੈ ਕੇ ਪੱਥਰ ਸੋਚ ਵਾਲੇ ਨੌਜਵਾਨ ਕਾਫੀ ਉਚਾਟ ਮੰਗਣ ਆ ਰਹੇ ਨੇ, ਕਿਵੇਂ ਦੇ? ਦੇਖੋ ਲੋਕਤੰਤਰ ਆ, ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ। ਸਾਬਕਾ ਅਧਿਕਾਰੀ ਕੋਈ ਪਲੇਅਰ ਉਹ ਲੜ ਸਕਦਾ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ, ਅਕਾਲੀ ਦਲ, ਕਾਂਗਰਸ, BJP, ਆਮ ਆਦਮੀ ਪਾਰਟੀ, ਤੇ ਇਸੇ ਤਰ੍ਹਾਂ ਹੀ ਕੋਈ ਵੀ ਆਜ਼ਾਦ ਬੰਦਾ ਖਲੋ ਸਕਦਾ। ਪਰ ਲੋਕਾਂ ਨੇ ਇਹ ਵੇਖਣਾ ਵੀ 2 ਸਾਲ ਪਹਿਲਾਂ ਕਿੰਨੇ ਕੰਮ ਕੀਤੇ ਤੇ ਗਾਂ 3 ਸਾਲ ਜੇ ਜਿਹਦੀ ਸਰਕਾਰ ਪਈ ਆ ਕੰਮ ਉਹਨੇ ਕਰਦੇ। ਲੋਕ ਬੜੇ ਸਿਆਣੇ ਆ, ਲੋਕਾਂ ਨੂੰ ਪਤਾ ਜੇ ਕੋਈ ਸੜਕਾਂ ਬਣਨੀਆਂ, ਪਿੰਡਾਂ ਨੂੰ ਜਾਂਦੇ, ਖੇਤਾਂ ਨੂੰ ਜਾਂਦੇ ਰਸਤੇ ਬਣਨੇ ਆ, ਜਾਂ ਕੋਈ ਮੰਡੀਆਂ ਬਣਨੀਆਂ, ਮੰਡੀਆਂ ਦੇ ਸ਼ੈੱਡ ਬਣਨੇ ਆ, ਕੋਈ ਵੀ ਸਰਕਾਰੀ ਬਿਲਡਿੰਗ, ਹੋਸਪਿਟਲ, ਸਕੂਲ ਬਣਨਾ ਆ, ਸਕੂਲਾਂ 'ਚ ਟੀਚਰਾਂ ਦੀ ਭਰਤੀ ਹੋਣੀ ਆ, ਡਾਕਟਰਾਂ ਦੀ ਹੋਸਪਿਟਲਾਂ 'ਚ ਭਰਤੀ ਹੋਣੀ ਆ, ਉਹ ਕੰਮ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਉਹੀ ਕਰ ਸਕਦੀ। ਲੋਕ ਬੜੇ ਸਿਆਣੇ ਆ, ਲੋਕ ਕੰਮਾਂ ਨੂੰ ਪਹਿਲ ਦੇਣਗੇ, ਲੋਕ ਏਡੇ ਲਾਈ ਲੱਗਣਗੇ। ਇਹ 88-99 ਵਾਲਾ ਦੌਰ ਜਿਹੜਾ ਉਹ ਗਿਆ। ਬਾਕੀ ਜੇ 88-99 ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਜਿਤਾਇਆ ਤੇ ਉਹਨਾਂ ਕੀ ਕਰਤਾ? ਉਹਨਾਂ ਸਿਰਫ ਜਿੱਤ ਕੇ ਤੇ ਉੱਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਤੇ ਆਪਣਾ ਕੋਲਡ ਡਰਿੰਕ ਹੀ ਪੀਤੇ ਆ, ਕੋਈ ਮਸਲਾ ਹੱਲ ਥੋੜਾ ਕਰਾਇਆ।